ਸੁਰਕਬਰੀਆ ਯਾਦਾ ਯਾਦਾ ਮੇਜਰ ਸਿੰਘ ਔਜਲਾ ਦਾ ਪੁੱਤਰ ਸਰਪੰਚ ਖੇਡ ਕਬੱਡੀ ਦਾ ਨਾ ਬਾਉ ਜੇ ਫਾਗੇ ਨਹੀਂ ਹੋ ਗਈ ਬੱਲੇ 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 ਕਬੱਡੀ 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 ਹਰਦਾ ਮੁੰਡਾ ਪਿੱਛੇ ਇੱਕ ਜ਼ੋਰ ਦੇ ਨਾਲ ਚੀਨ ਦੀ ਕੰਧ ਬਣਦਾ ਹੋਇਆ ਲੋ ਵੀ ਦੋਸਤੋ ਆ ਵਾਲਾ ਜਿਹੜਾ ਮੈਚ ਹੈਗਾ ਇਹ ਹੈਗਾ ਜੀ ਕਮਾਲਪੁਰਾ ਦੇ ਟੂਰਨਾਮੈਂਟ ਦਾ ਇੱਥੇ ਕੋਈ ਫੈਡਰੇਸ਼ਨ ਦੇ ਮੈਚ ਨਹੀਂ ਸੀ ਪਿੰਡਵਾਰ ਟੂਰਨਾਮੈਂਟ ਸੀ ਇੱਕ ਪਾਸੇ ਸੁਰਖਪੁਰ ਦੀ ਟੀਮ ਬਣੀ ਹੋਈ ਸੀ ਦੂਸਰੇ ਪਾਸੇ ਟੰਡੋਲੀ ਦੀ ਟੀਮ ਬਣੀ ਹੋਈ ਸੀ ਇਹ 2019 ਦਾ ਟੂਰਨਾਮੈਂਟ ਹੈ ਤੁਹਾਨੂੰ ਇਹ ਵੀ ਦੱਸ ਦਿਆਂ ਸੁਰਖਪੁਰ ਦੇ ਵਿੱਚ ਖੇਡਣ ਵਾਲੇ ਖਿਡਾਰੀ ਯਾਦਾ ਸੁਰਖਪੁਰ ਜੋਧਾ ਸੁਰਖਪੁਰ ਗੱਗੀ ਮੱਲਾ ਜੋਤਾ ਮਹਿਮਦਵਾਲ ਅਤੇ ਤਾਜਾ ਕਾਲੇ ਸੰਘਿਆਂ ਵਾਲਾ ਖਿਡਾਰੀ ਜਿਹੜੇ ਨੇ ਇਹ ਸੁਰਖਪੁਰ ਦੀ ਟੀਮ ਨੇ ਤਾਜੇ ਦੀ ਗੇਮ ਬਹੁਤ ਵਧੀਆ ਹੈ ਦੇਖਦੇ ਹਾਂ ਇਸ ਮੈਚ ਦੇ ਵਿੱਚ ਕੀ ਪ੍ਰਦਰਸ਼ਨ ਕਰੂਗਾ ਟੰਡੋਲੀ ਦੇ ਪਲੇਅਰਾਂ ਦੇ ਵਿੱਚ ਲੱਖਾ ਟੰਡੋਲੀ ਕਾਜੂ ਰਣੀ ਕੇ ਕਾਲਾ ਟੰਡੋਲੀ ਗੁਰਦੀਪ ਜੀਰਕਪੁਰ ਅਤੇ ਪ੍ਰਦੀਪ ਤੂਫਾਨ ਵਰਗੇ ਖਿਡਾਰੀ ਖੇਡ ਰਹੇ ਨੇ ਇੱਥੇ ਜਿਹੜੀ ਟੰਡੋਲੀ ਦੀ ਟੀਮ ਹੈ ਉਹ ਇਸ ਸੀਜ਼ਨ ਦੀ ਜੇ ਕਹਿ ਲਈਏ ਤਾਂ ਬਹੁਤ ਹੀ ਹਾਈ ਪਰਫੋਰਮੈਂਸ ਵਾਲੀ ਟੀਮ ਕਹੀ ਜਾ ਸਕਦੀ ਹੈ 2019 ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਸੀ ਉਹ ਬਹੁਤ ਹੀ ਵਧੀਆ ਰਿਹਾ ਸੀ ਇਸ ਮੈਚ ਦੇ ਵਿੱਚ ਕੀ ਪ੍ਰਦਰਸ਼ਨ ਕਰਦੇ ਨੇ ਇਹ ਆਪਾਂ ਨੂੰ ਮੈਚ ਦੇਖ ਕੇ ਪਤਾ ਲੱਗਣਾ ਇੰਜੋਏ ਕਰੋ ਮੈਚ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜ ਸਕਦੇ ਹੋ ਜੇਕਰ ਵਧੀਆ ਲੱਗਿਆ ਤਾਂ ਜੇ ਵਧੀਆ ਲੱਗਿਆ ਤਾਂ ਥੰਬਸ ਅਪ ਦੇ ਬਟਨ 'ਤੇ ਵੀ ਕਲਿੱਕ ਕਰ ਸਕਦੇ ਹੋ ਜੇਕਰ ਚੈਨਲ 'ਤੇ ਪਹਿਲੀ ਵਾਰ ਅੱਜ ਗੇੜਾ ਮਾਰਿਆ ਤਾਂ ਥੱਲੇ ਆ ਰਹੇ ਜਿਹੜੇ ਸਬਸਕ੍ਰਾਈਬ ਵਾਲੇ ਬਟਨ ਹੈ ਨਾ ਉਹਦੇ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਉਸ ਤੋਂ ਬਾਅਦ ਆਉਣ ਵਾਲੇ ਘੰਟੀ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੀ ਅਸੀਂ ਪਹੁੰਚਾ ਸਕੀਏ ਮੈਚ ਦਾ ਪਹਿਲਾ ਆਨੰਦ ਮਾਣੋ ਆਦਮੀ ਗੋਲੀਆਂ ਨਾਲ ਹੀ ਉੱਡਣ ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਤਕਸੀਮੇ ਵਤਨ ਤੋਂ ਪਹਿਲਾਂ ਦੀ ਗੱਲ ਹੋਈ ਨਾ ਵਰਤਮਾਨ ਸਮੇਂ ਦੇ ਨਾਲ ਆਪਾਂ ਜੁੜੀਏ ਜੀਰਕਪੁਰੀਏ ਦੀ ਕਬੱਡੀ ਦੇ ਨਾਲ ਜੁੜੀਏ ਤਾਂ ਕਬੱਡੀ ਪਾਉਣ ਦੇ ਵਾਸਤੇ ਗੁਰਦੀਪ ਪਹਿਲੀ ਰੇਡ ਦੇ ਉੱਪਰ ਦੇਖਦੇ ਮੇਰੇ ਪਾਸੇ ਅੱਗੇ ਵੱਧ ਕੇ ਨੌਜਵਾਨ ਗੱਗੀ ਦੀ ਕੈਂਚੀ ਪਰ ਡਬਲ ਟੱਚ ਹੋ ਗਿਆ ਤੇ ਪੁਆਇੰਟ ਧਾਵੀ ਦੇ ਹਿੱਸੇ ਵਿੱਚ ਧਨੌਰੀ ਦੀ ਟੀਮ ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਮਹਿਮਦਵਾਲੀਆ ਤਿਆਰ ਹੈ ਉਧਰ ਖੋਸੇ ਕੋਰਲੇ ਵਾਲਾ ਵੀ ਤਿਆਰ ਹੈ ਲਓ ਛੋਟੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਦਵਿੰਦਰ ਖਸਰਾ ਤੇ ਮਨੂ ਖਸਰਾ ਉਹ ਕਹਿੰਦੇ ਵੱਡੇ ਨਾਲ ਗੱਗੀ ਦੇ ਜੱਸੇ ਦੇ ਦਿੱਤੇ ਜਾਣਗੇ ਸਾਡਾ ਭਰਾ ਕਹਿੰਦੇ ਆਸਟ੍ਰੇਲੀਆ ਤੋਂ ਆਇਆ ਹੋਇਆ ਹੈ ਜਿਹਦੀ ਯਾਰੀ ਕਹਿੰਦੇ ਅਰਸ਼ ਵਰਗਿਆਂ ਦੇ ਨਾਲ ਬਾਜੂ ਵਰਗਿਆਂ ਦੇ ਨਾਲ ਬੜਾ ਪਿਆਰ ਹੈ ਦਵਿੰਦਰ ਸਾਡਾ ਵੀਰ ਤੇ ਮਨੂ ਖਸਰਾ ਜਿਹਨੂੰ ਬੜਾ ਫਿਕਰ ਸੀਗਾ ਉਹ ਭਰਾ ਕਹਿੰਦੇ ਚੱਲ ਕੇ ਆਇਆ ਯੋਗਦਾਨ ਵੱਡੇ ਨੇ ਪਾਲੇ ਵੀ ਕਿਵੇਂ ਰੇਡ ਪੈ ਰਹੀ ਹੈ ਕਾਲਾ ਢੰਡੋਲੀ ਵਾਲਾ ਰੇਡ ਪੈ ਰਿਹਾ ਯਾਦਾ ਸੁਰਖਪੁਰੀਆ ਲਓ ਕਬੱਡੀ ਦੇ ਕਹਿੰਦੇ ਮਾਸਟਰ ਨੂੰ ਵਕਤ ਪਾਈ ਫਿਰਦਾ ਹੈ ਲਓ ਬੱਲੇ 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 ਹੋ ਗਈ ਮੇਰੇ ਮਿੱਤਰੋ ਸੁਰਖਪੁਰੀਆ ਯਾਦਗਾਰੀ ਆ ਜਫਾ ਬਹੁਤ ਤਕੜਾ ਜਫਾ ਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਲਾ ਸੰਘਿਆਂ ਵਾਲਾ ਕਿ ਬਾਨਾ ਤੇ ਤਾਜਾ ਨੇ ਦਲੇਰ ਅੱਤ ਦੇ ਲਓ ਬੱਗੇ ਪਿੰਡੀਏ ਦੁੱਲੇ ਦੀ ਵੀ ਦਲੇਰੀ ਦੁਨੀਆ ਦੇ ਵਿੱਚ ਪ੍ਰਸਿੱਧ ਤੇ ਬੰਨੀ ਗਈ ਹੈ ਪਰ ਆਹ ਨੌਜਵਾਨ ਵੀ ਦੁਨੀਆ ਦਾ ਦਲੇਰ ਕਬੱਡੀ ਖਿਡਾਰੀ ਕਦੇ ਖੀਰਾ ਵਾਲੀਆ ਚੰਨਾ ਵੀ ਐਨ ਫੁੱਲ ਦਲੇਰੀ ਦੇ ਨਾਲ ਖੇਡਦਾ ਰਿਹਾ ਲਓ ਕਬੱਡੀ ਪਾਉਣ ਦੇ ਵਾਸਤੇ ਤਾਜਾ ਵੱਧਾ ਹੋਇਆ ਮੈਦਾਨ ਦੇ ਵਿੱਚ ਪਈ ਸੀ ਰੇੜ ਤੇ ਕਿਹੜਾ ਫਿਰ ਕਿਹੜੇ ਅੰਦਾਜ਼ ਦੇ ਨਾਲ ਲਾ ਪਾਊਗਾ ਜਫਾ ਕੋਈ ਬਗਲ ਭਰਦਾ ਕੋਈ ਕੈਂਚੀ ਸਿੱਧੀ ਪੁੱਠੀ ਦੀ ਗੱਲ ਕਰਦਾ ਲਾ ਕੋਈ ਭਜਾ ਕੇ ਗਿੱਟਾ ਚੱਕਦਾ ਕੈਮਰੇ ਫੋਕਸ ਨੇ ਇੱਕ ਇੱਕ ਹਸੀਨ ਪੱਲੂ ਕੈਦ ਕੀਤਾ ਜਾ ਰਿਹਾ ਤਨੌਰੀ ਦੀ ਟੀਮ ਬੱਲੇ 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 ਇਹ ਵੀ ਮੂੰਹ ਕਿਹੋ ਜਿਹਾ ਕਮਾਲ ਕਰਦਾ ਪਿਆ ਲੱਗ ਨੂੰ ਲਪੇਟਾ ਆਂਦੇ ਦੂਰ ਕਬੱਡੀ ਕਬੱਡੀ ਛੱਡ ਵੀ ਨੌਜਵਾਨਾਂ ਤੇ ਪੁਆਇੰਟ ਧਨੌਰੀ ਦੀ ਟੀਮ ਦੇ ਹਿੱਸੇ ਦੇ ਵਿੱਚ ਨੰਬਰ ਜੋੜ ਦਿੱਤਾ ਉਧਰ ਯੱਦ ਦੇ ਜਫੇ ਦਾ 500 ਆ ਗਿਆ ਜੱਗੀ ਪ੍ਰਧਾਨ ਪੱਛੂਆਣੇ ਵਾਲਾ ਸਾਡਾ ਵੀਰ ਵੱਡੇ ਮਾਣ ਤੇ ਸਨਮਾਨ ਜਿਹੜੇ ਉਹ ਜਿਹੜੇ ਦਿੱਤੇ ਗਏ ਆ ਸ਼ਿੰਗਾਰ ਬੱਛੂਆਣੀਆ ਗੱਲ ਕਰਦਾ ਆਪਣੀ ਕਲਮ ਤੋਂ ਲਓ ਇਧਰੇ ਪਾਸੇ ਪੁਆਇੰਟ ਅਗਲੀ ਰੇਡ ਦੇ ਨਾਲ ਫਿਰ ਜੁੜੀਏ ਜੋਤਾ ਮਹਿਮਦ ਵਾਲੀ ਆ ਜੋਤਾ ਸਬਰਾਈਆ ਦੁਨੀਆ ਦਾ ਮਹਾਰਥੀ ਕਬੱਡੀ ਖਿਡਾਰੀ ਹੋਇਆ ਲਓ ਆਹ ਦੇਖਦੇ ਵੀ ਅਗਲੀ ਰੇਡ ਪਾਉਣ ਦੇ ਵਾਸਤੇ ਮਹਿਮਦ ਵਾਲੀ ਲਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਉਧਰ ਕਹਿੰਦੇ ਅਮਨ ਹੁਸਰਾ ਸਾਡਾ ਵੀਰ ਅਰਸ਼ ਦਿਓਲ ਗੁਰਵੀਰ ਤੇ ਗੁਰਸ਼ਰਨ ਗਿੱਲ ਕਹਿੰਦੇ ਵੀ ਤਾਜੇ ਦੀ ਇਹ ਤਿੰਨਾਂ ਰੇਡਾਂ ਤੇ 1000 ਦਿੱਤਾ ਜਾਵੇਗਾ ਲਓ ਕਹਿੰਦੇ ਰੇਡ ਜਿਹੜੀ ਆ ਨੌਜਵਾਨ ਗੁਰਦੀਪ ਜੀਰਕਪੁਰੀਆ ਮੱਖੇ ਵਾਲੀ ਜੀ ਕਰੋ ਗੱਲ ਮੁੰਡੇ ਦੀ ਢੰਡੋਲੀ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਵਾਸਤੇ ਜੀਰਕਪੁਰੀਆ ਗੁਰਦੀਪ ਮੈਦਾਨ ਦੇ ਵਿੱਚ ਵੱਧਾ ਹੋਇਆ ਖਿਡਾਰੀ ਅਗਲੇ ਮੈਚ ਵਾਲੀਆਂ ਟੀਮਾਂ ਵੀ ਬਹੁਤ ਜਲਦ ਤਿਆਰ ਹੋ ਕੇ ਗਰਾਊਂਡ ਦੇ ਲਾਗੇ ਜਾਣ ਲਓ ਗੁਰਦੀਪ ਜੀਰਕਪੁਰੀਆ ਦੀ ਪਈ ਹੈ ਰੇਡ ਢੰਡੋਲੀ ਦੀ ਟੀਮ ਵੱਲੋਂ ਬੋਲੇਗਾ ਧਾਵਾ ਖਿਡਾਰੀ ਦਾ ਕੌਣ ਸੁਰਖਪੁਰੀਆ ਯਾਦਾ ਯਾਦਾ ਮੇਜਰ ਸਿੰਘ ਔਜਲਾ ਦਾ ਪੁੱਤਰ ਸਰਪੰਚ ਖੇਡ ਕਬੱਡੀ ਦਾ ਨਾ ਬਾਉ ਜੇ ਫਾਗੇ ਨਹੀਂ ਹੋ ਗਈ ਬੱਲੇ 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 ਕਬੱਡੀ 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 ਹਰਦਾ ਮੁੰਡਾ ਪਿੱਛੇ ਇੱਕ ਜ਼ੋਰ ਦੇ ਨਾਲ ਚੀਨ ਦੀ ਕੰਧ ਬਣਦਾ ਹੋਇਆ ਕਰਦਾ ਕਮਾਲ ਤੇ ਸਾਹਮਣੇ
कमाल हो गई है मेरे मित्रों। अगली रेड कहते जोता पाने बनिया हुआ है जगी सरपंच वालों कहते हजार जो यादे दे आ गया जगी प्रधान बच्छूवाने वाला हजार वह पुजता हो गया यादे दे इधर कहते जोते की रेड पै रही है लखा ढंडोली तैयार है नाल कहते काजू वर्गे नौ रणी कहना कहने काजू के दूजे पासे जोता मैम दवाली है एक तगड़े नंबर का वाधा कर गया अपनी टीम के लिए नौ काला कहते ढंडोली वाला रेड पाउण के लिए बनिया हुआ है थिड़पा वे धनौरी अगले बच्चे भी ग्राउंड के आ जाने थिड़पा वे धनौरी दोनों टीमों मेरी बेनती है आ कहते काला रेड पा रहा है दूजे पासे जोधा यादे का वीर है मेजर सिंह औजे का बेटा कहते करदा ट्राई डक लैण दी लो नंबर जेड़ा मन्नना पैना नंबर जेड़ा जाफिया दे हिस्से जुड़ता होया है ताजे दी रेड़ 1000 दी मक्खन वाली जी करो गल मुंडे दी लाओ ताजे दी रेड़ दे नाल फिर जुड़ीए मैच बहुत तगड़ा है खेडिया जा रहा दोवें टीमां दे दरम्यान एक एक नंबर बड़ा कीमती लाओ कबड्डी पाउण दे वास्ते तैयार वर तैयार ताजा नौजवान काला संघियां वाला टंडोली दे उधर पासे देखदे वी चार जाफे दे फिर कौन केड़ा लाउ जफा सारे रेफरी बड़े सुलझे होए ने बहुत योजनाबद्ध तरीके दे नाल एंड टेक्निकल कमेटी दे सारे ए वीर तो सारयां दा धन्नवाद लाओ कबड्डी पाउण दे वास्ते ताजा काला संघियां वाला तैयार वर तैयार कपड़े ला के विच मैदान ने छूकदे ही ने आउंदे आओ चमकदे बंडियां उत्ते यारो मसल गीत ने गाउंदे लाओ खड़े थापिया मारन वही तोची लखा जवारा लाली लोकी गल्लां करन खड़े पीमा मंदिर मुड़ना खाली ते वैली भज तुरिया जीते मौड़ ना पंगा पाके सिंह फसण के कुंडिया ने मित्रों पैजो गोडी ला के सिंह फसने नी सिंह फस गया लो कहने प्रदीप तूफान ते जोधा सुरखपुरिया बल्ले 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 प्यार नाल इहदे मारिया करो पर पोलिया पोलिया मारिया करो प्रदीप तूफान है नाल जोड़ा है प्यार दी खेड़ दे प्यार दे नाल अपना हौसला आस्ट्रेलिया साडा वीर ਉਹ ਲਾਈਵ ਕਹਿੰਦੇ ਜੁੜਿਆ ਹੋਇਆ ਹੈ ਉਹ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ ਮਨੂ ਕਹਿੰਦੇ ਚੱਲ ਕੇ ਆ ਗਿਆ ਵੀ ਜੀ ਨਹੀਂ ਲੱਗਦਾ ਪਿੰਡ ਦਾ ਮੇਲਾ ਹੈ ਉਹ ਕਹਿੰਦੇ ਰੇਡ ਜੋਤੇ ਦੀ ਤੇ ਸਾਹਮਣੇ ਕਹਿੰਦੇ ਟਰਾਈ ਕੀਤੀ ਹੈ ਮੁੰਡੇ ਨੇ ਉਹ ਜੋਤਾ ਭੱਜ ਗਿਆ ਹੈ ਗੁਰਦੀਪ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਉਧਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਫਿੱਟੂ ਸੱਪੇ ਵਾਂਗੂ ਭਾਵੇਂ ਕਬੱਡੀਆਂ ਜਿੱਤਣ ਨਹੀਂ ਦੇਣੇ ਹੋਰ ਮਿੱਤਰੋ ਉਹ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਲਓ ਮੈਦਾਨ ਦੇ ਵਿੱਚ ਦੇਖਦੇ ਵੀ ਬਹੁਤ ਤਕੜਾ ਜਫਾ ਲਾ ਕੇ ਨੌਜਵਾਨ ਨੰਬਰ ਰੋਡ ਦੇ ਵਿੱਚ ਕਾਮਯਾਬ ਗੱਗੀ ਮੱਲੇ ਵਾਲਾ ਬਹੁਤ ਸ਼ਾਨਦਾਰ ਜਫਾ ਲਾ ਕੇ ਸੁਰਖਪੁਰ ਦੀ ਟੀਮ ਦੇ ਵਾਸਤੇ ਨੰਬਰ ਜੋੜ ਦੇ ਵਿੱਚ ਕਾਮਯਾਬ ਤਾਜਾ ਕੱਲ ਆ ਸਪਰੇ ਗਰਾਊਂਡ ਦੇ ਪੁਜਦੀ ਕਰ ਦਿਓ ਜੀ ਮੂਵ ਸਪਰੇ ਗਰਾਊਂਡ ਦੇ ਪੁਜਦੀ ਕਰ ਦਿਓ ਮਿਹਰਬਾਨੀ ਕਰਕੇ ਲਓ ਕਬੱਡੀ ਪਾਉਣ ਦੇ ਲਈ ਕੌਣ ਤਾਜਾ ਕਾਲਾ ਸੰਘਿਆਂ ਵਾਲਾ ਫਿਰ ਟੇਕਦਾ ਧਰਤੀ ਮਾਂ ਨੂੰ ਮੱਥਾ ਪੈਂਦੀ ਹੋਈ ਕਬੱਡੀ ਇਹ ਵੀ ਬੜਾ ਸ਼ਾਰਪ ਮਾਈਂਡ ਕਬੱਡੀ ਖੜਾ ਰਹੀ ਹੈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਰੱਖ ਲੱਖੇ ਸਿੱਧਵਾਂ ਭਰੋਸਾ ਰੱਬ ਤੇ ਕਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜਗ ਤੇ ਕੀਤੀ ਹੋਈਆਂ ਮਿਹਨਤਾਂ ਹੋ ਗਈ ਬੱਲੇ ਬੱਲੇ ਭਰੀ ਗਈ ਪਾਗਲ ਹੰਦੇ ਦੂਰ ਨੇ ਡੱਕਿਆ ਜਾਊ ਕਿ ਨਹੀਂ ਇਧਰੇ ਪਾਸੇ ਗੱਲ ਕੀ ਬਣਦੀ ਤਕੜੇ ਜਫੇ ਦੀ ਕੋਸ਼ਿਸ਼ ਚੱਲਦੀ ਹੋਈ ਨਾ ਉਹ ਦੇਖਦੇ ਵੀ ਛੋਟਾ ਕਾਲਾ ਨਾ ਪਾਓ ਜਫਾ ਕੇ ਨਹੀਂ ਹੰਦੇ ਦੂਰ ਤੇ ਪੈਣ 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 ਇਹਨੂੰ ਛੋਟਾ ਕਾਲਾ ਕਹਿੰਦੇ ਪਿਆਰ ਦੇ ਨਾਲ ਲਾ ਤਕੜਾ ਜਫਾ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਦੇਖਦੇ ਵੀ ਨੌਜਵਾਨ ਢੰਡੋਲੀ ਦੀ ਟੀਮ ਦਾ ਇਹ ਆ ਤੂਫਾਨ ਜਦੋਂ ਨਾਣੂ ਨੇ ਕਮੈਂਟਰੀ ਦੇ ਵਿੱਚ ਤੂਫਾਨ ਨੂੰ ਜਫਾ ਲਾਇਆ ਕਹਿੰਦੇ ਤੂਫਾਨ ਡੱਕੇ ਜਾਂਦੇ ਨੇ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਤੂਫਾਨ ਨਹੀਂ ਡੱਕੇ ਜਾਂਦੇ ਪਰ ਜਦੋਂ ਖੜਦੇ ਅੱਗੇ ਹਿਮਾਲਿਆ ਤੇ ਤੂਫਾਨਾਂ ਦੇ ਰੁੱਖ ਬਦਲ ਦਿੱਤੇ ਜਾਂਦੇ ਨੇ ਤੂਫਾਨ ਦੇ ਰੁੱਖ ਨੂੰ ਕੌਣ ਬਦਲੂਗਾ ਕਰ ਵੀ ਅਮਰੀਕ ਸਿੰਘ ਲਓ ਸਾਹਮਣੇ ਕਹਿੰਦੇ ਚਾਰੇ ਦੇ ਚਾਰੇ ਪਰਬਤ ਨੇ ਪਹਾੜ ਦੇ ਚਾਰੇ ਕਿਉਂਕਿ ਰੇਂਦੀ ਖੂਦੀ ਕਸਰ ਕਹਿੰਦੇ ਮੱਲੇ ਵਾਲੇ ਗੱਗੀ ਨੇ ਵੱਢੀ ਹੋਈ ਹੈ ਪਹਿਲਾਂ ਚਾਰ ਕਹਿੰਦੇ ਬਲਾਵਾਂ ਜਿਹੜੀਆਂ ਸੁਰਖਪੁਰ ਦੀਆਂ ਹੈ ਲਓ ਸਾਹਮਣੇ ਪ੍ਰਦੀਪ ਤੂਫਾਨ ਉਹੀ ਟੱਕਰ ਗਿਆ ਜਦੋਂ ਪਹਿਲਾਂ ਭੱਜਿਆ ਸੀਗਾ ਉਹ ਲਓ ਸਾਹਮਣੇ
जोड़िया लोगों ने कहना तूफान फिर भज गया है क्योंकि तेरिया गरारिया ने दंदे शेर है कुछ ना कुछ हो सकता है। अगली रेड कहते जोता पौन दे बढ़िया हो उधर चार ने चारे ने चारे तैयार ने रणी कहना कहने काजू करोड़ा पले पले एक लत तो ने दूजी थले मेला कहने कमाल भरे लाए उधर बहा खिलारी है लोगों ने धाड़ी भी मारी है भी मुंडे ने कमाल ही कर दी है सिगरीत ते ध्यान मारीे ते कहने दिल भुड़क भुड़क के बाहर नू आने वाली गल है बखड़ जी गुरदीप पा गया लो नंबर अठ अठ ने उही गल होई भी धड़कन तेज है लो कबड्डी पाउण दे वास्ते जीर कबड़िया गुरदीप वधदा होया मैदान दे विच पई है रेड देखदे वी कौन जितदा और फाइनल दे विच केड़ा पुजदा अगे वध के कीता हमला और दूसरे पासे मल्ले वाला मल्ले वाला मल्ले वाला गग्गी 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 तगड़े जफे दी कोशिश करदा होया जे जफा लग गया ते जिहड़े गग्गी दी खेड़ नूं प्यार करदे ओह वी ताड़ियां मार गए जोरदार लो पॉइंट देखदे वी मेरे पासे मल्ले वाला ला तगड़ा जफा नंबर सुरकपुर दे वास्ते जोड़दे वी कामयाब ला वी महमद वालिया पहला दा जफा खा गया नौजवान हुण खूंखार शेर दी तरह बाजा बाजा कराउण वाली गल कर रही अगे वध के कीता हमला उधर टंडोली वाले ऐन जिवें कहिंदे वी हत्थां दे थुक्की फिरदे ने वी मुंडा सुकारी जाण देणा कल देखांगे वी की बणू वी कीता हमला होई पई बाजा बाजा मेरी सा आ छोटा काला कोशिश करदा होया पर जोता महमद वालिया बड़ा जानदार कबड्डी खिलाड़ी इधर पासे काले दी रेड चल भी अमरीक सिंह लो सामने गग्गी दे लई मनु हंसरा ते दविंदर हंसरा उन्हां वालों बड़े प्यार मल्ले वाले गग्गी दे लई पैदे होए आए लो कहने कारे नू फेर यादे ने फड़न दी कोशिश कीती होई है लो सामने लगदा होया जोर लो काला कहने इक तगड़ा नंबर जोड़दा होया है इक वधिया नंबर दा वाधा नौजवान कर दिता है अगली रेड तज पाओ नौजवाना ਢੰਡੋਲੀ ਵਾਲਿਆਂ ਲੋਕੀ ਕਹਿੰਦੇ ਤਾਜਾ ਲੋਟ ਨਹੀਂ ਆਉਂਦਾ ਇਹਦਾ ਕੁਝ ਨਾ ਕੁਝ ਕਰਨਾ ਪੈਣਾ ਦੁਨੀਆ ਬੜਾ ਪਿਆਰ ਕਰਦੀ ਹੈ ਜਿਹੜਾ ਜਿੱਤ ਗਿਆ ਫਾਈਨਲ ਖੇਡੂ ਪੱਕਾ ਇਹ ਕਹਿੰਦੇ ਲੋਹੇ ਦੀ ਲਕੀਰ ਹੈ ਜਿਹੜਾ ਜਿੱਤ ਗਿਆ ਫਾਈਨਲ ਖੇਡੂ ਪੱਕਾ ਹੈ ਕਿਉਂਕਿ ਜੇ ਕਹਿੰਦੇ ਘੋੜੇ ਘਰ ਨੂੰ ਮੋੜਦੇ ਆ ਕਮਾਲਪੁਰੇ ਦੀ ਧਰਤੀ ਕੁਝ ਵੀ ਹੋ ਸਕਦਾ ਲੱਖਾਂ ਢੰਡੋਲੀ ਵਾਲਾ ਮੈਂ ਐਵੇਂ ਨਹੀਂ ਆਖਿਆ ਵੀ ਇਹਦਾ ਕੁਝ ਨਾ ਕੁਝ ਕਰਨਾ ਪੈਣਾ ਇਹਦਾ ਕੁਝ ਨਾ ਕੁਝ ਕਰਨਾ ਪੈਣਾ ਲਓ ਪ੍ਰਦੀਪ ਆ ਗਿਆ ਮੱਖਣ ਵਾਲੀ ਜੀ ਕਰੋ ਗੱਲ ਮੁੰਡੇ ਦੀ ਪ੍ਰਦੀਪ ਤੂਫਾਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਤੂਫਾਨ ਨੇ ਦੱਸ ਦਿੱਤਾ ਪਹਿਲਾਂ ਦੋ ਕਬੱਡੀਆਂ ਪਾ ਕੇ ਵੀ ਮੈਂ ਵਾਕਿਆ ਹੀ ਤੂਫਾਨ ਆ ਲੈ ਤੂਫਾਨ ਨੂੰ ਹੁਣ ਕਿਹੜਾ ਰੱਖੂਗਾ ਔਰ ਕਿਹਦੀ ਚਰਚਾ ਸਾਲ ਭਰ ਹੋਊਗੀ ਅੱਗੇ ਵੱਧ ਕੇ ਤੂਫਾਨ ਦਾ ਹਮਲਾ ਪਰ ਦੂਸਰੇ ਪਾਸੇ ਯੋਧਾ ਕਹਿੰਦਾ ਮੈਂ ਕਰਦਾ ਤੂਫਾਨ ਦੇ ਨਾਲ ਦੋ ਹੱਥ ਬੱਲੇ ਬੱਲੇ ਹੋ ਗਈ ਪਹਿਲਾਂ ਤੂਫਾਨ ਭੱਜ ਗਿਆ ਤੂਫਾਨ ਫੇਰ ਭੱਜ ਗਿਆ ਆਸੇ ਪਾਸੇ ਪਿੰਡਾਂ ਵਿੱਚ ਹੋਣਗੀਆਂ ਗੱਲਾਂ ਕੱਲ ਸੱਥਾਂ ਦੇ ਵਿੱਚ ਖਿਡਾਰੀਆਂ ਦੀਆਂ ਕਿ ਫਲਾਣਿਆਂ ਦੇ ਡੋਲਿਆਂ 'ਚ ਸ਼ੇਰ ਜਿੰਨੀ ਜਾਨ ਸੀ ਪੈਂਦੀਆਂ ਸੀ ਘੁੱਗੀਆਂ ਫਲਾਣੇ ਦੇ ਪੱਟਾਂ ਵਿੱਚ ਖੇਡਣ ਖਿਡਾਰੀ ਆਉਂਦੇ ਬੁਲਟਾਂ ਦੇ ਗੱਡੀਆਂ ਤੇ ਪੈਂਦੀ ਰਹੀ ਲੋੜ ਹੁਣ ਚੜ੍ਹਨੇ ਦੀ ਬੱਸਾਂ ਵਿੱਚ ਜੱਗ ਤੌਲੀਆਂ ਤੇ ਸ਼ੁਰੂ ਹੋਈ ਸੀ ਕਬੱਡੀ ਤੇ ਅੱਜ ਕੱਲ੍ਹ ਪੁੱਜ ਗਈ ਭਦੌੜ ਵਾਲਿਆਂ ਲੱਖਾਂ ਦੇ ਕਰੋੜਾਂ ਵਿੱਚ ਕਬੱਡੀ ਕਹਿੰਦੇ ਦੂਰ ਹੈ ਮੇਰ ਹੈ ਪਰਮਾਤਮਾ ਦੀ ਲੱਖਾਂ ਦੇ ਕਰੋੜਾਂ ਦੀ ਕਬੱਡੀ ਹੈ ਕਿਵੇਂ ਕਹਿੰਦੇ ਸਟੀਲ ਦੇ ਗਲਾਸ ਕਿਤੇ ਤੌਲੀ ਹੈ ਕਿਤੇ ਕੱਛੇ ਬਨੈਣਾ ਦੇ ਨਾਲ ਸਨਮਾਨ ਜਿਹੜਾ ਹੁੰਦਾ ਸੀਗਾ ਅੱਜ ਕਹਿੰਦੇ ਕਬੱਡੀ ਸਿਖਰਾਂ ਤੇ ਹੈ ਬੱਚਾ ਬੱਚਾ ਪਿਆਰ ਕਰਦਾ ਬਜ਼ੁਰਗ ਪਿਆਰ ਕਰਦੇ ਘਰ ਘਰ ਦੇ ਵਿੱਚ ਗੱਲ ਚੱਲਦੀ ਹੈ ਲਓ ਕਾਲਾ ਕਹਿੰਦੇ ਇੱਕ ਤਗੜਾ ਨੰਬਰ ਜੋੜਦਾ ਹੋਇਆ ਹੈ ਮਸਾਂ ਕਹਿੰਦੇ ਕੱਦੇ ਨੰਬਰ ਦੇ ਜਿੱਤ ਹਾਰ ਜਿਹੜੀ ਹੋਣੀ ਹੈ ਕਿਉਂਕਿ ਦੋ ਟੀਮਾਂ ਤਗੜੀਆਂ ਇੱਕ ਟੀਮ ਨੂੰ ਕਹਿੰਦੇ ਗੱਡੀ ਦਾ ਮੂਹਰਲਾ ਸ਼ੀਸ਼ਾ ਝਾੜਨਾ ਪੈਣਾ ਹੈ ਮੂਹਰਲਾ ਸ਼ੀਸ਼ਾ ਝਾੜਨਾ ਪੈਣਾ ਹੈ ਲਓ ਕਬੱਡੀ ਕਹਿੰਦੇ ਜੋਤੇ ਵੀ ਪੈ ਰਹੀ ਹੈ ਕਾਜੂ ਰਣੀ ਕੇ ਪਿੰਡ ਵਾਲਾ ਕਹਿੰਦੇ ਕਬੱਡੀ ਦਾ ਚੀੜਾ ਜਾਫੀ ਹੈ ਇਹ ਜਾਲਮ ਜਾਫੀ ਹੈ ਪਰ ਉਦੋਂ ਵੱਧ ਜਾਲਮ ਹੈ ਜਿਹਨੇ ਉਂਗਲ ਖੜੀ ਕਰ ਦਿੱਤੀ ਹੈ ਕਬੱਡੀ ਕਹਿੰਦੇ ਕੋਈ ਕਹਿੰਦਾ ਤੱਬਾ ਸ਼ਬਦ ਤੋਂ ਮਿਲ ਗਈ ਕਿਉਂਕਿ ਤੱਬਾ ਜਦੋਂ ਧਾਬਾ ਬੋਲਦਾ ਅਗਲੇ ਕਹਿੰਦੇ ਅਸੀਂ ਇਹ ਤੋਂ ਵੱਧ ਕੱਬੇ ਹੈ ਮੈਨੂੰ ਲੱਗਦਾ ਇੱਥੇ ਹੀ ਕਬੱਡੀ ਬਣ ਗਈ ਹੈ ਕਿਉਂਕਿ ਕੱਬਿਆਂ ਨੂੰ ਕੱਬੇ ਟੱਕਰ ਦੇ ਲਓ ਕਹਿੰਦੇ ਪ੍ਰਦੀਪ ਉਹ ਬੱਲੇ ਬੱਲੇ ਹੋ ਗਈ ਅੱਖਾਂ ਨੂੰ ਸੱਚ ਨਹੀਂ ਆਉਂਦਾ ਵੀ ਨੰਬਰ ਕਿਹਦਾ ਹੈ ਪ੍ਰਦੀਪ ਤੂਫਾਨ ਲੋਕਾਂ ਨੇ ਸੱਚ ਮੰਨ ਲੈਣਾ ਵੀ ਪ੍ਰਦੀਪ ਸੱਚੀ ਮੁੱਚੀ ਆਇਆ ਹੋਇਆ ਬੱਖਣ ਜੀ ਕਰੀਏ ਗੱਲ ਮੁੰਡੇ ਦੀ ਪ੍ਰਦੀਪ ਨੇ ਲਗਭਗ ਦੋ ਸਕਿੰਟਾਂ ਜੀ ਨੰਬਰ ਜੋੜ ਲਿਆ ਆਪਣੀ ਟੀਮ ਦੇ ਵਾਸਤੇ ਆ ਤਾਜਾ ਕਾਲਾ ਸੰਗਿਆ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਮੈਦਾਨ ਦੇ ਵਿੱਚ ਪਈ ਹੈ ਰੇਡ ਤਾਜੇ ਦੀ ਕੌਣ ਪਾਉਂਦਾ ਠੱਲ ਕਾਜੂ 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 ਦਾ ਰਣਕੇ ਵਾਲਾ ਟੱਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਤਾਜਾ ਸੁਰਖਪੁਰ ਦੇ ਵਾਸਤੇ ਉਹ ਸੁਰਖਪੁਰ ਜਿੱਥੋਂ ਦਾ ਮੰਗੀ ਗਾਂਧੀ ਮਿੰਨ
ਜਲੰਧਰ ਜਿੱਥੋਂ ਦਾ ਕੀਪਾ ਜਿੱਥੋਂ ਦਾ ਦੋਲਾ ਔਰ ਜਿੱਥੋਂ ਦੇ ਪੰਡਿਤ ਵਰਗੇ ਸੰਦੀਪ ਵਰਗੇ ਕਾਂਜਲੀ ਦੇ ਸਿਕੰਦਰ ਵਰਗੇ ਸਿੱਧਵਾਂ ਦੇ ਵੀਰੇ ਵਰਗੇ ਬਹੁਤ ਸਾਰੇ ਦੁਨੀਆ ਦੇ ਰੁਸਤਮ ਖਿਡਾਰੀ ਪਰ ਇੱਧਰ ਕਿਹੜਾ ਕੈਂਚੀ ਲਾ ਕੇ ਜਿਵੇਂ ਜੰਡ ਵਾਲਾ ਬਾਜੀ ਆਖਦਾ ਹੁੰਦਾ ਵੀ ਭਾਜੀ ਜੇ ਮੈਂ ਕੈਂਚੀ ਸੜਕ ਵਿੱਚ ਵੀ ਮਾਰ ਦਵਾਂ ਨਾ ਤੇ ਫਿਰ ਮੈਂ ਰੇਡਰ ਨੂੰ ਜਾਣ ਨਹੀਂ ਦਿੰਦਾ ਸੜਕ ਦੇ ਵਿੱਚ ਵੀ ਕੈਂਚੀ ਮਾਰਨ ਦੀ ਮੈਂ ਤਾਕਤ ਰੱਖਦਾ ਹਾਂ ਲਓ ਇੱਧਰ ਸੁਰਖਬਰੀਆ ਨੌਜਵਾਨ ਯਾਦਾ ਲਾ ਤਕੜਾ ਜਿਹਾ ਜੱਫਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਮਹਿਮਦ ਵਾਲੀ ਅਗਲੇ ਮੈਚ ਵਾਲੀਆਂ ਟੀਮਾਂ ਧਨੌਰੀ ਤੇ ਦਿੜਬਾ ਦੂਸਰਾ ਸੈਮੀਫਾਈਨਲ ਮੈਚ ਆ ਜਾਓ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਤੇ ਲਾ ਕੇ ਧਨੌਰੀ ਤੇ ਦਿੜਬਾ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਜਾਊਗਾ ਚੱਲ ਵੀ ਅਮਰੀਕ ਸਿੰਘ ਲਓ ਜੋਤੇ ਦੀ ਕਬੱਡੀ ਤੋਂ ਬਾਅਦ ਕਾਲੇ ਦੀ ਰੇਡ ਖੋਸੇ ਕੁਰਲੇ ਵਾਲਾ ਅਮਰੀਕ ਸਿੰਘ ਲਓ ਸਾਹਮਣੇ ਦੇਖਾਂਗੇ ਫਰਕ ਜਿਹੜਾ ਨੰਬਰਾਂ ਦਾ ਹੈ ਉਹ ਨਜ਼ਰ ਆ ਰਿਹਾ ਹੈ ਮੈਚ ਕਿਵੇਂ ਧੋਪਦਾ ਹੈ ਰਵੀ ਮੱਲੇ ਵਾਲਿਆ ਗੱਲ ਟਿਕਾਣੇ ਲੱਗੂ ਗੱਲ ਟਿਕਾਣੇ ਲੱਗੂ ਲਓ ਸਾਹਮਣੇ ਜੋਧੇ ਨੇ ਟਰਾਈ ਕੀਤੀ ਹੈ ਤੇ ਨੰਬਰ ਜਿਹੜਾ ਕਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਅਮਰਜੀਤ ਯੂਕੇ ਉਹ ਕਹਿੰਦੇ ਆਪਾਂ 1000 ਦੇਵਾਂਗੇ ਜੇ ਤਾਜੇ ਨੂੰ ਕੋਈ ਜੱਫਾ ਲਾਵੇਗਾ ਤਾਜੇ ਦੀ ਤਿੰਨ ਰੇਡਾਂ ਦੇ ਹੁਣ ਤੋਂ ਲੈ ਕੇ 1000 ਜਿਹੜਾ ਦਿੱਤਾ ਜਾਵੇਗਾ ਵੱਡੇ ਮਾਣ ਦੇ ਸਨਮਾਨ ਹੋਣਗੇ ਤਾਜੇ ਦੀ ਰੇਡ ਪੈ ਰਹੀ ਹੈ ਢੰਡੋਲੀ ਵਾਲਿਆ ਜ਼ਿਆਦਾ ਫਰਕ ਨਹੀਂ ਉਹ ਕੁਝ ਵੀ ਹੋ ਸਕਦਾ ਉਹ ਕੁਝ ਵੀ ਹੋ ਸਕਦਾ ਕੋਈ ਜ਼ਿਆਦਾ ਫਰਕ ਨਹੀਂ ਹੈ ਉਹ ਸਾਰੀਆਂ ਸਹੂਲਤਾਂ ਲੇਟਾਂ ਜਗਦੀਆਂ ਕਹਿੰਦੇ ਚਾਨਣ ਪੂਰਾ ਧਰਤੀ ਵਧੀਆ ਗਰਾਊਂਡ ਸਿਰੇ ਦੀ ਹੈ ਪਰ ਤਾਜਾ ਭੱਜਿਆ ਹੈ ਨੰਬਰ ਕਹਿੰਦੇ ਸੁਰਖ ਤੂਫਾਨ ਫੇਰ ਆ ਗਿਆ ਮੱਖਣ ਵਾਲੀ ਜੀ ਕਰੋ ਗੱਲ ਮੁੰਡੇ ਦੀ ਤੂਫਾਨ ਪਾ ਫਿਰ ਕਬੱਡੀ 10 ਤਰੀਕ ਨੂੰ ਮਹਾਨ ਕਬੱਡੀ ਪ੍ਰਮੋਟਰ ਪਰਮਗਿੱਲ ਦੀ ਯਾਦ ਦੇ ਵਿੱਚ ਦੁਲੇ ਪਿੰਡ ਹੈ ਕਿਲਾਰਾਪੁਰ ਦੇ ਲਾਗੇ ਉੱਥੇ ਵੱਡਾ ਕਬੱਡੀ ਕੱਪ ਹੋਣਾ ਮੰਡੀ ਅਹਿਮਦਗੜ੍ਹ ਦੇ ਲਾਗੇ ਦੁਲੇ ਪਿੰਡ ਦੇ ਲਈ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ 10 ਜਨਵਰੀ ਦੋ ਦਿਨ ਬਾਅਦ ਉੱਥੇ ਵੱਡਾ ਖੇਡ ਮੇਲਾ ਹੋਊਗਾ ਆਹ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ ਪਰਮਗਿੱਲ ਦੀ ਯਾਦ ਵਿੱਚ ਵੱਡਾ ਖੇਡ ਮੇਲਾ ਲਓ ਇੱਧਰ ਯੋਧਾ 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 ਆਓ ਨਹੀਂ ਸਾਮੀ ਨੌਜਵਾਨ ਇਹ ਹੈ ਯੋਧਾ ਸੁਰਖਪੁਰੀਆ ਲਾ ਤਕੜਾ ਜਿਹਾ ਫਾਨਾ ਬਜੁਰਗ ਦੇ ਵਿੱਚ ਕਾਮਯਾਬ ਹੋ ਗਿਆ ਇਹਦੇ ਨਾਲ ਹੀ ਮੈਨੂੰ ਲੱਗਦਾ ਵੀ ਜਿੱਤਾ ਹਾਰਾ ਦੇ ਫੈਸਲੇ ਨੇ ਤੇ ਮੈਚ ਜਿਹੜਾ ਤੁਸੀਂ ਦੇਖ ਹੀ ਲਿਆ ਢੰਡੋਲੀ ਦੇ 13 ਪੁਆਇੰਟ ਰਹੇ ਨੇ ਤੇ ਸੁਰਖਪੁਰ ਦੇ 18 ਪੁਆਇੰਟ ਰਹੇ ਨੇ ਅੱਧਾ ਪੁਆਇੰਟ ਜਿਹੜਾ ਉਹ ਵੀ ਢੰਡੋਲੀ ਦੇ ਹਿੱਸੇ ਗਿਆ ਪਰ ਸੁਰਖਪੁਰ ਦੀ ਟੀਮ ਜਿਹੜੀ ਹੈਗੀ ਹੈ ਉਹ ਇਸ ਮੈਚ ਨੂੰ ਜਿੱਤ ਗਈ ਹੈ ਤੁਹਾਨੂੰ ਮੈਚ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ 'ਚ ਲਿਖ ਦਿਓ ਕਿਹੜੇ ਕਿਹੜੇ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ ਲੱਗਿਆ ਇਹ ਵੀ ਕਮੈਂਟ ਬਾਕਸ 'ਚ ਲਿਖ ਦਿਓ ਔਰ ਜੇਕਰ ਅੱਜ ਪਹਿਲੀ ਵਾਰ ਸਾਡੇ ਚੈਨਲ 'ਤੇ ਆਏ ਹੋ ਨਾ ਜਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਿਰ ਸਬਸਕ੍ਰਾਈਬ ਜ਼ਰੂਰ ਕਰ ਲਓ ਲਿੰਕ ਅਸੀਂ ਆਹ ਦੇ ਦਿੱਤਾ ਹੈਗਾ ਘੰਟੀ ਦਾ ਬਟਨ ਉਸ ਤੋਂ ਬਾਅਦ ਆਊਗਾ ਉਹਦੇ 'ਤੇ ਵੀ ਕਲਿੱਕ ਕਰ ਲਿਓ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।